ਕਿ WHO ਨੇ ਜੇ ਤੈਅ ਕੀਤਾ ਹੈ ਪੁਰਸ਼ਾਂ ਲਈ RDA ਯਾਨੀ ਕਿ ਰੈਕਮੈਂਡਡ ਡਾਇਟਰੀ ਅਲਾਉਂਸ ਫੋਰ ਮੈਨ, ਇਹ ਨਿਊਟਰੀਚਾਰਜ ਮੈਨ ਤੋਂ ਸਾਨੂੰ ਉਹ ਪੋਸ਼ਣ ਮਿਲ ਪਾਉਂਦਾ ਹੈ? ਹਾਂ ਹਾਂ, ਇਸੇ ਨੂੰ ਤਾਂ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਨਿਊਟਰੀਚਾਰਜ ਮੈਨ ਨਾਮ ਦਾ ਇਹ ਡੇਲੀ ਹੈਲਥ ਸਪਲੀਮੈਂਟ। ਇਸ ਵਿੱਚ 35 ਨਿਊਟ੍ਰੀਐਂਟਸ ਹੈਗੇ ਨੇ। ਇਹਦੇ 'ਚ 13 ਵਿਟਾਮਿਨਸ, 15 ਮਿਨਰਲਸ, 3 ਅਮੀਨੋ ਐਸਿਡ ਤੇ 4 ਬੋਟੈਨੀਕਲਸ ਵੀ ਨੇ। ਹਾਂ, ਇਹ ਸਾਰੇ ਨਿਊਟ੍ਰੀਐਂਟਸ ਸਾਡੀ ਇਮਿਊਨਿਟੀ ਨੂੰ ਵਧਾਉਂਦੇ ਨੇ। ਇਹ ਚਾਕਲੇਟ ਫਲੇਵਰ ਹੈ ਤੇ ਪੂਰੇ ਤਰੀਕੇ ਨਾਲ ਸ਼ਾਕਾਹਾਰੀ ਹੈ। ਆਹ ਦੇਖੋ, ਇਹ ਮੋਇਸਚਰ ਪ੍ਰੂਫ ਪੈਕ ਵਿੱਚ ਆਉਂਦੀ ਹੈ ਤੇ ਇਹਨੂੰ ਐਲੋ ਪੈਕ ਕਹਿੰਦੇ ਨੇ। ਤੇ ਕੀ ਨਿਊਟ੍ਰੀਚਾਰਜ ਮੈਨ ਦੀ ਇੱਕ ਟੈਬਲੇਟ ਲੈਣ ਨਾਲ ਮੈਨੂੰ ਪ੍ਰਾਪਤ ਮਾਤਰਾ 'ਚ ਵਿਟਾਮਿਨਸ ਤੇ ਮਿਨਰਲਸ ਮਿਲ ਜਾਣਗੇ? ਹਾਂ, ਵਿਟਾਮਿਨਸ ਅਤੇ ਮਿਨਰਲਸ ਤਾਂ ਤੁਹਾਨੂੰ ਮਿਲ ਜਾਣਗੇ, ਪਰ ਪ੍ਰੋਟੀਨ ਤੇ ਫਾਈਬਰ ਦੀ ਪ੍ਰਾਪਤੀ ਲਈ ਤੁਹਾਨੂੰ ਨਿਊਟ੍ਰੀਚਾਰਜ ਪ੍ਰੋ ਡਾਇਟ ਸ਼ੇਕ ਲੈਣਾ ਪਵੇਗਾ। ਨਿਊਟ੍ਰੀਚਾਰਜ ਪ੍ਰੋ ਡਾਇਟ, ਇਹਦੇ 'ਚ ਤੇ ਆਈਸੋਲੇਟਿਡ ਸੋਇਆ ਪ੍ਰੋਟੀਨ ਵੀ ਹੈਗਾ ਹੈ। ਹਾਂ, ਇਹ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਡਿਊਪੋਂ ਤੋਂ ਮੰਗਾਇਆ ਗਿਆ ਹੈ। ਤੇ ਇਹਦਾ ਪੀਡੀਕਾਸ ਇੱਕ ਹੈ। ਤੇ ਇਹਦਾ ਮਤਲਬ ਇਹ ਬੈਸਟ ਕੁਆਲਿਟੀ ਦਾ ਪ੍ਰੋਟੀਨ ਹੈ। ਹਾਂ, ਅਤੇ ਇਹ ਸਾਡੀ ਬਾਡੀ ਵਿੱਚ 100% ਐਬਜ਼ੋਰਬ ਹੋ ਜਾਂਦਾ ਹੈ। ਇਹਦੇ 'ਚ ਡਾਇਟਰੀ ਫਾਈਬਰ ਵੀ ਹੈਗਾ। ਇਹ ਤਾਂ ਮੈਨੂੰ ਪਤਾ ਹੈ ਕਿ ਡਾਇਟਰੀ ਫਾਈਬਰ ਨਿਊਟ੍ਰੀਐਂਟਸ ਦੇ ਐਬਜ਼ੋਰਪਸ਼ਨ ਲਈ ਬਹੁਤ ਜ਼ਰੂਰੀ ਹੈ। ਹੋਰਾਂ ਤੇ ਵਰਲਡ ਕਲਾਸ ਜਾਪਾਨ ਤੋਂ ਮੰਗਾਇਆ ਗਿਆ ਡਾਇਟਰੀ ਫਾਈਬਰ ਆ। ਤੇ ਸਭ ਤੋਂ ਵੱਡੀ ਗੱਲ, ਇਸ ਵਿੱਚ 64% ਪ੍ਰੋਟੀਨ ਹੈ। ਇਹਦੇ 'ਚ ਕੋਕੋਆ ਕੀ ਹੈ? ਇਹ ਇੱਕ ਐਂਟੀਆਕਸੀਡੈਂਟ ਹੈ ਜੋ ਦਿਲ ਨੂੰ ਮਜ਼ਬੂਤ ਬਣਾਏ ਰੱਖਦਾ ਹੈ। ਇਸ ਨੂੰ ਬੈਲਜੀਅਮ ਤੋਂ ਮੰਗਾਇਆ ਗਿਆ ਹੈ। ਆ ਨਿਊਟ੍ਰੀਚਾਰਜ ਪ੍ਰੋਡਾਇਟ ਸ਼ੇਕ ਤੇ ਆ ਨਿਊਟ੍ਰੀਚਾਰਜ ਮੈਨ ਟੈਬਲੇਟ ਨੂੰ ਲੈਣਾ ਕਿਤਰਾ ਹੈ? ਮੈਂ ਚੀਨੀ ਦੁੱਧ ਤੇ ਸ਼ੇਕਰ ਲੈ ਕੇ ਆਇਆ। ਪਹਿਲਾਂ ਅਸੀਂ ਸ਼ੇਕਰ ਵਿੱਚ ਦੁੱਧ ਪਾਵਾਂਗੇ। ਹੁਣ ਅਸੀਂ ਇਸ ਦੁੱਧ ਵਿੱਚ ਨਿਊਟ੍ਰੀਚਾਰਜ ਪ੍ਰੋਡਾਇਟ ਪਾਊਡਰ ਮਿਲਾਵਾਂਗੇ। ਅਰੇ ਵਾਹ, ਇਹ 'ਚ ਤਾਂ ਸਕੂਪ ਵੀ ਦਿੱਤਾ ਮੈਜ਼ਰਮੈਂਟ ਲਈ। ਹਾਂ, ਹੁਣ ਅਸੀਂ ਇਸ ਦੁੱਧ ਵਿੱਚ 1 ਚਮਚ ਚੀਨੀ ਮਿਲਾਵਾਂਗੇ। ਆਹ ਦੇਖੋ, ਹੋ ਗਿਆ ਸਾਡਾ ਨਿਊਟ੍ਰੀਚਾਰਜ ਪ੍ਰੋਡਾਇਟ ਸ਼ੇਕ ਤਿਆਰ। ਆ ਲਓ ਨਿਊਟ੍ਰੀਚਾਰਜ ਮੈਨ, ਇਹ ਹੈ ਮੇਰਾ ਪਾਵਰ ਬ੍ਰੇਕਫਾਸਟ। ਹੁਣ ਮੈਂ ਸਮਝਿਆ, ਇਹਨਾਂ ਦੋਨਾਂ ਤੋਂ ਤੁਹਾਨੂੰ ਪ੍ਰਾਪਤ ਹੁੰਦਾ ਹੈ ਪ੍ਰਾਪਤ ਮਾਤਰਾ 'ਚ ਪ੍ਰੋਟੀਨ, ਵਿਟਾਮਿਨਸ, ਮਿਨਰਲਸ ਤੇ ਫਾਈਬਰ। ਬਿਲਕੁਲ। ਇਹਨਾਂ ਦੋਨਾਂ ਨੂੰ ਕਦੋਂ ਤੱਕ ਲੈਣਾ ਹੈ? ਹਰ ਦਿਨ ਤੇ ਹਮੇਸ਼ਾ ਲੈਣਾ ਹੈ। ਤੁਸੀਂ ਤਾਂ ਸੁਣਿਆ ਹੋਏਗਾ, ਜਾਨ ਹੈ ਤੇ ਜਹਾਨ ਹੈ। ਸੱਚੀ 'ਚ ਇਹ ਆ ਸਿਹਤ ਦੀ ਚਾਬੀ। ਇਟਸ ਗੁੱਡ, ਟੇਸਟੀ, ਮਜ਼ਾ ਆ ਗਿਆ।